गुरु नानक देव जी जो जगत को तारन लिया उन्हों का प्रकाश दिहाड़ा 554वां प्रकाश दिहाड़ा जिहड़ा जथेदार हरजिंदर सिंह जी धामी श्रोमणी गुरद्वारा प्रबंधक कमेटी के प्रधान साहब और चीफ सैकटरी सरदार प्रताप सिंह जी उन्होंने दिशा निर्देश अनुसार जिहड़ा है गुरु नानक देव जी का प्रकाश गुरु 25 तो लैके नवंबर तो 28 नवंबर तक जिहड़ा गुरु नानक नाम लेवा संगत बड़े धूमधाम वड्डे पद्धर ते जिहड़ा मना रही ये प्रकाश गुरपुरब नूं समर्पित जिन्ने भी साढ़े प्रबंध ने जिवें रहायश के प्रबंध लंगरां दे प्रबंध इस वे जिहड़े 50-60 दे लगभग जिहड़े लंगर लग गए ते बाकी जिहड़ी दरबार साहिब दी डैकोरेशन लाइट एंड डैकोरेशन फुल्लां दी डैकोरेशन जिहड़ी है तकरीबन सारी है जिहड़ी मुकम्मल हो चुकी है। प्रकाश गुरपुरब नूं समर्पित जिन्ने भी साढ़े प्रबंध ने गुरद्वारा बेर साहिब वल्लों ਉਹ ਤਕਰੀਬਨ ਜਿਹੜੇ ਉਹ ਸਾਰੇ ਜਿਹੜੇ ਨੇ ਉਹ ਇਸ ਵਕਤ ਜਿਹੜੇ ਉਹ ਮੁਕੰਮਲ ਹੋ ਚੁੱਕੇ ਨੇ। ਜਗਤ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ 554ਵਾਂ ਪ੍ਰਕਾਸ਼ ਗੁਰਪੁਰਬ ਜਿਹੜਾ ਕਿ ਸਾਰੀਆਂ ਸੰਗਤਾਂ ਜਿਹੜੀਆਂ ਬੜੀ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਨੇ। ਇਸੇ ਤਰ੍ਹਾਂ ਹੀ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਮੈਨੇਜਮੈਂਟ ਵੱਲੋਂ ਜਿਹੜੀ ਇਸ ਵਾਰ ਜਿਹੜੀ ਫੁੱਲਾਂ ਦੀ ਜਿਹੜੀ ਆ ਸਜਾਵਟ ਆ ਉਹ ਅਨੋਖੇ ਢੰਗ ਦੇ ਨਾਲ ਕੀਤੀ ਗਈ ਹੈ ਅਤੇ ਦੇਸ਼ ਵਿਦੇਸ਼ ਤੋਂ ਜਿਹੜੇ ਫੁੱਲ ਹੈ ਔਰ ਇਹ 25-30 ਸਟੇਟਾਂ ਦੇ ਵਿੱਚੋਂ ਹੋਰ ਵੀ ਜਿਹੜੇ ਫੁੱਲ ਲਿਆ ਕੇ ਥੋੜ੍ਹੀ ਸਜਾਵਟ ਕੀਤੀ ਗਈ ਆ ਔਰ ਪਹਿਲਾਂ ਨਾਲੋਂ ਬਿਹਤਰ ਇਸ ਵਾਰ ਹੋਰ ਜ਼ਿਆਦਾ ਸਜਾਵਟ ਹੋਈ ਹੈ ਅਤੇ ਇੱਥੇ ਤਰ੍ਹਾਂ ਤਰ੍ਹਾਂ ਦੇ ਫੁੱਲ ਲਗਾਏ ਗਏ ਹਨ ਜਿਹਦੇ ਨਾਲ ਸੰਗਤਾਂ ਨੂੰ ਦੇਖਣ 'ਚ ਬਹੁਤ ਵਧੀਆ ਲੱਗ ਰਿਹਾ ਔਰ ਸਜਾਵਟ ਦੇ ਵਿੱਚ ਜਿਹੜਾ ਅੱਗੇ ਨਾਲੋਂ ਬਹੁਤ ਜ਼ਿਆਦਾ ਫਰਕ ਪਿਆ ਹੈ ਔਰ ਇੰਨੀ ਸੁੰਦਰ ਜਿਹੜੀ ਸਜਾਵਟ ਹੋਈ ਹੈ ਸਜਾਵਟ ਦੇ ਨਾਲ ਇੱਕ ਆਕਰਸ਼ਕ ਕੇਂਦਰ ਬਣਿਆ ਹੋਇਆ ਹੈ ਔਰ ਦੂਰੋਂ ਦੂਰੋਂ ਸੰਗਤਾਂ ਜਿਹੜੀਆਂ ਉਹ ਤਕਰੀਬਨ ਸਜਾਵਟ ਵੀ ਦੇਖ ਰਹੀਆਂ ਹਨ ਅਤੇ ਉੱਥੇ ਸੈਲਫੀ ਵੀ ਲੈ ਰਹੀਆਂ ਹਨ ਅਤੇ ਆਪਣੇ ਆਪ ਨੂੰ ਕੈਪਚਰ ਵੀ ਕਰ ਰਹੀਆਂ ਨੇ ਇੱਕ ਮੂਮੈਂਟ ਦੇ ਤੌਰ 'ਤੇ ਯਾਦ ਦੇ ਤੌਰ 'ਤੇ। ਇਸ ਤਰ੍ਹਾਂ ਨਗਰ ਕੀਰਤਨ ਦੇ ਵਿੱਚ ਵੀ ਕੱਲ੍ਹ ਨੂੰ ਜਿਹੜਾ ਸਜਾਵਟ ਕੀਤੀ ਜਾਊਗੀ ਔਰ ਗੁਰਪੁਰਬ ਦੇ ਵਿੱਚ ਵੱਧ ਤੋਂ ਵੱਧ ਸੰਗਤਾਂ ਜਿਹੜੀਆਂ ਉਹ ਆਉਣ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਮੈਂ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਵੀ ਐਰਕੀ ਵਾਰ ਜਿਹੜਾ ਵਾ ਤਿਆਰੀਆਂ ਤਾਂ ਹਰ ਵਾਰੀ ਬੜੀ ਵਧੀਆ ਹੁੰਦੀਆਂ, ਐਰਕੀ ਵਾਰ ਤਿਆਰੀਆਂ ਜਿਹੜੀਆਂ ਵਾ ਫੁੱਲਾਂ ਦੀ ਸਜਾਵਟ ਜਿਹੜੀ ਬਹੁਤ ਵਧੀਆ ਹੋਈ ਹੈ, ਬਹੁਤ ਵੱਧ ਕੀਤੀ ਗਈ ਆ, ਉਦੇਸ਼ਾਂ ਵਿੱਚ ਜਿਸਾਂ ਦਾ ਫੁੱਲ ਲਿਆ ਕੇ ਲਾਏ ਗਏ ਆ ਅਤੇ ਸੰਗਤ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਵੀ ਵੱਧ ਤੋਂ ਵੱਧ ਆਣ ਕੇ ਦਰਸ਼ਨ ਕਰੋ। ਐਰਕੀ ਜਿਹੜੀ ਵਿਕਰਮਾ ਉਹ ਵੀ ਖੁੱਲ੍ਹੀ ਕੀਤੀ ਗਈ ਆ, ਟੈਂਟਾਂ ਦਾ ਸਮਾਨ ਜਿਹੜਾ ਵੱਧ ਤੋਂ ਵੱਧ ਲਾਇਆ ਗਿਆ ਸੰਗਤਾਂ ਦੀ ਸਹੂਲਤਾਂ ਵਾਸਤੇ, ਲੰਗਰ ਜਿਹੜੇ ਆ ਉਹ ਵੀ ਵੱਧ ਤੋਂ ਵੱਧ ਕਰਵਾਏ ਗਏ ਆ, ਰਹਿਸ਼ ਦਾ ਪ੍ਰਬੰਧ ਹੀ ਬਹੁਤ ਕੀਤਾ ਗਿਆ ਵਾ ਅਤੇ ਸੰਗਤ ਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਮੈਂ ਗੁਰੂ ਦੇ ਜਿਹੜੇ ਦਰਸ਼ਨਦਾਰੇ ਕਰੋ ਤਾਂ ਉਹਦੀ ਖੁਸ਼ੀਆਂ ਪ੍ਰਾਪਤ ਕਰੋ ਇੱਥੇ ਆਣ ਕੇ ਜੀ। ਪਹੁੰਚ ਰਹੀਆਂ ਜੀ, ਬਾਹਰੋਂ ਸੰਗਤਾਂ ਹਰ ਵਧੀਆ ਆਉਂਦੀਆਂ, ਗੁਰਪੁਰਬ ਜਿਹੜਾ ਵਾ ਇਹ ਆਰ ਵਰਲਡ ਤਾਂ ਵੇਖਣ ਵਾਸਤੇ ਆਉਂਦੀਆਂ ਸੰਗਤਾਂ ਬਹੁਤ ਆ ਰਹੀਆਂ ਜੀ, ਐਤਕੀ ਹੁਣ ਕੱਲ੍ਹ ਵੀ ਬਹੁਤ ਆ ਰਹੀਆਂ ਜੀ ਸੰਗਤਾਂ ਦੀ। ਹਾਂ ਵੱਡੇ ਪੱਧਰ ਐਤਕੀ ਮੈਂ ਕਹਿੰਦਾ ਵਾ ਵੀ ਇਹ ਜਿਹੜਾ 3 ਸਾਲ ਪਿਛਲੇ ਕਿ ਉਹਨਾਂ ਤੋਂ ਵੱਧ ਐਤਕੀ ਭਰ ਰਿਹਾ ਗੁਰਪੁਰਬ ਜੀ, ਇਹ ਹੁਣ ਤੋਂ ਸੰਗਤ ਤੋਂ ਹਿਸਾਬ ਲਾਉਂਦੇ ਆ, ਬਹੁਤ ਵੱਡਾ ਗੁਰਪੁਰਬ ਮੰਨਿਆ ਜਾਂਦਾ ਜੀ। ਸੰਗਤ ਨੂੰ ਅਪੀਲ ਕਰਦੇ ਵੀ ਪਹੁੰਚੋ ਇੱਥੇ ਵੱਧ ਤੋਂ ਆਣ ਕੇ ਦਰਸ਼ਨ ਗੁਰੂ ਸਾਹਿਬ ਦੇ ਕਰੋ ਜੀ, ਵੱਧ ਤੋਂ ਵੱਧ ਸੰਗਤਾਂ ਪਹੁੰਚਣ ਜੀ। ਲੰਗਰਾਂ ਦੇ ਪ੍ਰਬੰਧ ਜਿਹੜੇ ਬਹੁਤ ਵਧੀਆ ਹੋਏ ਆ, ਸਰਾਵਾਂ ਦੇ ਪ੍ਰਬੰਧ ਹੋਏ ਆ, ਟੈਂਟ ਘੇਰੇ ਕੇ ਲੱਗ ਚੁੱਕੇ ਆ, ਥੱਲੇ ਮੈਟਿੰਗ ਹੋ ਗਈ ਚੁੱਕੀ ਸਾਰੇ ਜੀ।